ਹਾਂਜੀ 6th ਕਲਾਸ ਦੇ ਬਹੁਤ ਹੀ ਪਿਆਰੇ ਬੱਚਿਓ ਬਹੁਤ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ लेट्स लर्न ਵਿਦ ਇਜ਼ੀ ਟ੍ਰਿਕਸ ਤੇ ਬੱਚੇ ਤੁਹਾਡੀ ਜਿਹੜੀ ਵੀਕਲੀ ਪ੍ਰੈਕਟਿਸ ਸ਼ੀਟ 10th ਆ ਚੁੱਕੀ ਹੈ ਇਹਦੇ ਵਿੱਚ ਦੇਖੋ ਬੇਟਾ ਕਿਹੜੇ-ਕਿਹੜੇ ਕੰਪੀਟੈਂਸੀਜ਼ ਆਪਾਂ ਕਰਨੀਆਂ ਨੇ ਤੇ ਉਹਦੇ ਵਿੱਚ ਕਿਹੜੇ-ਕਿਹੜੇ ਜਿਹੜੇ ਕਨਸੈਪਟ ਨੇ ਉਹ ਯੂਜ਼ ਹੋਏ ਨੇ ਕਿਹੜੇ-ਕਿਹੜੇ ਚੈਪਟਰਸ ਦੇ ਵਿੱਚੋਂ ਕੁਐਸਚਨ ਜਿਹੜੇ ਨੇ ਉਹ ਆਏ ਨੇ ਦੇਖੋ ਬੇਟਾ ਪਹਿਲਾਂ ਤਾਂ ਤੁਹਾਡੇ ਕੋਲ ਹੈ ਪੈਟਰਨਸ ਠੀਕ ਹੈ ਜਿਹੜੇ 1 ਤੋਂ 3 ਤੱਕ ਕੁਐਸਚਨ ਨੇ ਫਿਰ ਮੈਪ ਤੇ ਦਿਸ਼ਾਵਾਂ ਠੀਕ ਹੈ ਨਕਸ਼ੇ ਤੇ ਦਿਸ਼ਾਵਾਂ 4 ਤੋਂ 8 ਤੱਕ ਪਜ਼ਲਸ ਮੈਥ ਵਿੱਚ ਵੀ ਤਾਂ ਪਜ਼ਲ ਹੁੰਦੀਆਂ ਨੇ ਬੁਝਾਰਤਾਂ ਹੁੰਦੀਆਂ ਨੇ ਆਪਾਂ ਬੁੱਝਣਾ ਹੁੰਦਾ ਹੈ ਕੁਝ 9 ਤੋਂ 12 ਤੱਕ ਫਿਰ ਹੈਗਾ ਬੇਟਾ ਅਰੇਂਜਮੈਂਟਸ ਕਿਸੇ ਚੀਜ਼ਾਂ ਨੂੰ ਤਰਤੀਬਵਾਰ ਬਿਠਾਉਣਾ ਤਰਤੀਬਵਾਰ ਰੱਖਣਾ ਤਾਂ ਉਹ ਹੈਗੇ ਨੇ 13 ਤੋਂ 15 ਤੱਕ ਤਾਂ ਹੁਣ ਬੇਟੇ ਆਪਾਂ ਇਹਨਾਂ ਕੁਐਸਚਨਸ ਨੂੰ ਕਰਨਾ ਸ਼ੁਰੂ ਕਰਦੇ ਆਂ ਹਾਂਜੀ ਫਰਸਟ ਕੁਐਸਚਨ ਦੇਖੋ ਬੇਟਾ ਕੰਪਲੀਟ ਦਾ ਪੈਟਰਨ ਪੈਟਰਨ ਨੂੰ ਪੂਰਾ ਕਰੋ ਤਾਂ ਤੁਹਾਨੂੰ ਜਿਹੜੇ ਇਹ 5 ਲਾਈਨਸ ਦਿੱਤੀਆਂ ਹੋਈਆਂ ਨੇ ਇਹਨਾਂ ਨੂੰ ਧਿਆਨ ਨਾਲ ਰੀਡ ਕਰਨਾ ਹੈ ਇਹਨਾਂ ਚੋਂ ਚਾਰ ਲਾਈਨਾਂ ਫਿਲ ਨੇਗੀਆਂ ਤੇ ਪੰਜਵੀਂ ਦੇ ਵਿੱਚ ਤੁਸੀਂ ਫਿਲ ਅਪ ਪੂਰੀ ਕਰਨੀ ਹੈ ਠੀਕ ਹੈ ਜੀ ਚਲੋ ਦੇਖੋ ਬੇਟਾ ਪਹਿਲਾ ਉਹਨੇ ਲਿਖਿਆ 1 1 ਨੂੰ ਲਿਖਿਆ 1 1 ਤਾਂ ਉਹਦਾ ਜੋੜ ਵੀ ਕਿੰਨਾ ਬਣ ਗਿਆ 1 4 ਲਿਖਿਆ 4 ਨੂੰ 2 2 ਆਪਾਂ ਨੂੰ ਪਤਾ ਵੀ 2 ਦੁਣੀ 4 ਹੁੰਦਾ ਫਿਰ ਉਸ ਨੂੰ ਕਿਵੇਂ ਲਿਖਤਾ ਇਹਨੇ 1 3 ਫਿਰ 9 ਨੂੰ ਲਿਖਿਆ 3 3 ਫਿਰ ਉਹਨੂੰ ਲਿਖਿਆ 1 3 5 16 ਨੂੰ 4 4 ਲਿਖਿਆ ਤੇ ਉਹਨੂੰ 1 3 5 7 ਲਿਖਤਾ ਹੁਣ ਇਹਨੂੰ ਦੇਖ ਕੇ ਬੇਟਾ ਚਾਰੇ ਭਰਿਆਂ ਹੋਿਆਂ ਨੂੰ ਦੇਖ ਕੇ ਤੁਸੀਂ ਕੀ ਸਮਝ ਰਹੇ ਹੋ ਕਿ ਜਿਹੜਾ 25 ਆ ਉਹਨੂੰ ਕੀ ਲਿਖਣਾ ਚਾਹੀਦਾ 5 ਉਹ 5 ਹੀ 25 ਇੱਧਰ ਕੀ ਲਿਖਣਾ ਚਾਹੀਦਾ ਦੇਖੋ ਬੇਟਾ 1 ਆ ਰਿਹਾ 3 ਆਇਆ ਫਿਰ 5 ਆਇਆ ਫਿਰ 7 ਆਇਆ ਇਹਦਾ ਮਤਲਬ ਇਹ ਸਿਰਫ ਟਾਂਕ ਸੰਖਿਆਵਾਂ ਲਿਖੀਆਂ ਜਾ ਰਹੀਆਂ ਨੇ ਠੀਕ ਹੈ ਟਾਂਕ ਸੰਖਿਆਵਾਂ ਵੀ ਕਿਸ ਤਰ੍ਹਾਂ ਦੀਆਂ ਲਗਾਤਾਰ ਵਾਲੀਆਂ ਤਾਂ ਹੁਣ ਇੱਥੇ ਕੀ ਆਊਗਾ ਫਿਰ 1 3 5 7 ਇਹ ਤਾਂ ਆਣਾ ਹੀ ਆਣਾ ਇਸ ਤੋਂ ਅਗਲਾ ਟਾਂਕ ਕਿਹੜਾ 9 ਕਿਉਂਕਿ 4 ਨੇ ਤਾਂ 4 ਟਾਂਕ ਆਉਂਦੇ ਨੇ 3 ਨੇ ਤਾਂ 3 ਟਾਂਕ ਆਉਂਦੇ ਨੇ ਜੇ 5 ਨੇ ਤਾਂ 5 ਟਾਂਕ ਸੰਖਿਆਵਾਂ ਆਣਗੀਆਂ ਤਾਂ ਇਹ ਆਨਸਰ ਕਿੱਥੇ ਲਿਖਿਆ ਹੋਇਆ ਹੈ ਬੇਟਾ 3rd ਆਪਸ਼ਨ ਦੇ ਵਿੱਚ ਕਲੀਅਰ ਹੋ ਗਿਆ ਰਜੇ ਨੈਕਸਟ ਦੇਖੋ ਬਾਏ ਆਬਜ਼ਰਵਿੰਗ ਦਾ ਪੈਟਰਨ ਫਾਈਂਡ ਹਾਊ ਮੈਨੀ ਡਾਟਸ ਵਿਲ ਬੀ देयर ਇਨ ਪਲੇਸ ਆਫ ਅ ਕੁਐਸਚਨ ਮਾਰਕ ਆਪਾਂ ਪੈਟਰਨ ਨੂੰ ਸਮਝਦੇ ਹੋਏ ਦੱਸਣਾ ਹੈ ਕਿ ਇਹ ਕੁਐਸਚਨ ਮਾਰਕ ਯਾਨੀ ਕਿ ਇੱਥੇ ਇਸ ਫਿਗਰ ਦੇ ਵਿੱਚ ਕੀ ਆਊਗਾ ਠੀਕ ਹੈ ਤਾਂ ਦੇਖੋ ਬੇਟਾ ਪਹਿਲਾ ਜਿਹੜਾ ਇਹ ਲੇਡੀਬੋਰਡ ਬਣਾਇਆ ਹੋਇਆ ਹੈ ਇਹਦੇ ਵਿੱਚ ਕਿੰਨੇ ਆ ਡਾਟਸ ਨੇ ਇੱਕ ਕਿੰਨੀਆਂ ਡਾਟਸ ਨੇ ਇੱਕ ਇਹਦੇ ਵਿੱਚ ਕਿੰਨੀਆਂ ਨੇ ਤਿੰਨ ਇਹਦੇ ਵਿੱਚ ਕਿੰਨੀਆਂ 1 2 3 4 5 ਇਸ ਵਿੱਚ ਕਿੰਨੀਆਂ ਨੇ ਬੇਟਾ ਜੀ ਸੱਤ ਤਾਂ ਅਗਲੇ ਚ ਦੇਖੋ ਹੁਣੇ ਟਾਂਕ ਸੰਖਿਆਵਾਂ ਆ ਰਹੀਆਂ ਨੇ ਅਗਲੀਆਂ ਅਗਲੀਆਂ ਟਾਂਕ ਤਾਂ ਇਸ ਤੋਂ ਅਗਲੀ ਕਿਹੜੀ ਹੋਊਗੀ ਬੇਟਾ ਜੀ ਨੌ ਤਾਂ ਕਿਹੜਾ ਆਪਸ਼ਨ ਆਜੂਗਾ ਸੈਕਿੰਡ ਆਪਸ਼ਨ ਅਗਲਾ ਦੇਖੋ ਇਹ ਵੀ ਆਪਾਂ ਨੇ ਪੈਟਰਨ ਨੂੰ ਪੂਰਾ ਕਰਨਾ ਹੈ ਦੇਖੋ ਕੀ ਲਿਖਿਆ ਹੋਇਆ ਏ 26 ਸੀ 24 ਈ ਬਾਈ ਤਾਂ ਇਹਦਾ ਮਤਲਬ ਵਿਚ ਵਿਚ ਤਾਂ ਇੰਗਲਿਸ਼ ਯੂਜ਼ ਹੋ ਰਹੀ ਹੈ ਵਿਚ ਵਿਚ ਤੁਹਾਡੇ ਕੋਲੇ ਗਿਣਤੀ ਯੂਜ਼ ਹੋ ਰਹੀ ਹੈ ਤਾਂ ਪਹਿਲਾ ABC ਜਿਹੜੀ ਲਿਖੀ ਹੋਈ ਹੈ ਗਿਣ ਇੰਗਲਿਸ਼ ਦੇ ਅੱਖਰ ਲਿਖਿਆ ਨੇ ਉਹਨਾਂ ਚ ਪੈਟਰਨ ਬਣਾਓ A ਹੈ ਬੇਟਾ ਫਿਰ C ਲਿਖਿਆ ਫਿਰ E ਲਿਖਿਆ ਫਿਰ G ਲਿਖਿਆ ਫਿਰ I ਲਿਖਿਆ ਤਾਂ ਵਿਚ ਵਿਚ ਇਹ ਇੱਕ ਮਿਸ ਕਰ ਰਹੇ ਨੇ ਜਿਵੇਂ ABC ਹੁੰਦਾ ਹੈ CD ਹੁੰਦਾ ਹੈ EF GH ਤਾਂ I ਤੋਂ ਬਾਅਦ ਕੀ ਮਿਸ ਕਰ ਰਹੇ ਨੇ ਇਹ ਜੇ ਮਿਸ ਕਰਨਗੇ ਕੀ ਆਊਗਾ K A B C D E F G H I J K ਤਾਂ ਆਪਾਂ ਨੂੰ ਇੰਗਲਿਸ਼ ਦਾ ਅੱਖਰ ਪਤਾ ਲੱਗ ਗਿਆ ਕਿ ਪਰ K ਵਾਲੇ ਤਾਂ ਦੋ ਅੱਖਰ ਨੇ ਇਹਦਾ ਮਤਲਬ ਆਪਾਂ ਨੂੰ ਗਿਣਤੀ ਵਾਲੇ ਦਾ ਵੀ حساب ਲਾਉਣਾ ਪਊਗਾ ਦੇਖੋ ਪਹਿਲਾਂ ਕੀ ਹੈ A ਦੇ ਨਾਲ 26 C ਦੇ ਨਾਲ ਕੀ ਹੈ 24 E ਦੇ ਨਾਲ ਕੀ ਹੈ 22 G ਦੇ ਨਾਲ ਕੀ ਹੈ 20 ਫਿਰ ਹੈਗਾ 18 ਹੁਣ ਆਪਾਂ ਇਸ ਨੂੰ ਧਿਆਨ ਨਾਲ ਸਮਝੀਏ ਤਾਂ ਕੀ ਹੋ ਰਿਹਾ ਬੇਟਾ ਆਪਾਂ ਦੋ ਦੋ ਘਟ ਰਹੇ ਹਾਂ ਤਾਂ 18 ਤੋਂ ਬਾਅਦ ਦੋ ਘਟ ਕੇ ਕਿੰਨਾ ਆਊਗਾ 16 ਕਲੀਅਰ ਹੋ ਗਿਆ ਰਾਜੇ ਪੈਟਰਨ ਤਾਂ ਕੀ ਆਊਗਾ ਕੇ 16 ਕਿਹੜੀ ਆਪਸ਼ਨ ਆਊਗੀ फोर्थ ਆਪਸ਼ਨ ਤਾਂ ਇਹਨੂੰ ਧਿਆਨ ਨਾਲ ਕਰਨਾ ਹੈ ਬੱਚੇ ਇਹ ਜੋ ਤੁਸੀਂ ਹੁਣ 8ਵੀਂ ਚ ਹੋਵੋਗੇ ਫਿਰ ਤੁਸੀਂ ਐਨਐਮਐਮਐਸ ਦਾ ਪੇਪਰ ਦੇਣਾ ਹੋਊਗਾ ਇਹ ਕੁਐਸਚਨ ਉੱਥੇ ਵੀ ਕੰਮ ਆਉਂਦੇ ਨੇ ਬਹੁਤ ਇੰਪੋਰਟੈਂਟ ਕੁਐਸਚਨ ਨੇ ਅਗਲਾ ਦੇਖੋ ਬੱਚੇ ਇਫ ਦਾ ਡਿਸਟੈਂਸ ਆਫ ਸਕੂਲ ਫਰੋਮ ਯਰ ਹਾਊਸ ਇਜ਼ 2 ਕਿਲੋਮੀਟਰ ਤੁਹਾਡੇ ਜਿਹੜੇ ਘਰ ਤੋਂ ਸਕੂਲ ਦੀ ਦੂਰੀ 2 ਕਿਲੋਮੀਟਰ ਹੈ ਡਿਸਟੈਂਸ ਆਫ ਗੁਰਦੁਆਰਾ ਤੇ ਗੁਰਦੁਆਰੇ ਦੀ ਦੂਰੀ ਕਿੰਨੀ ਹੈ 820 ਮੀਟਰ ਡਿਸਟੈਂਸ ਆਫ ਧਰਮਸ਼ਾਲਾ ਧਰਮਸ਼ਾਲਾ ਦੀ ਦੂਰੀ ਕਿੰਨੀ ਹੈ 1200 ਮੀਟਰ ਵਿਚ ਆਫ ðiis is at the maximum distance from your house ਤਾਂ ਕਹਿੰਦੇ ਦੱਸੋ ਤੁਹਾਡੇ ਘਰ ਤੋਂ ਸਭ ਤੋਂ ਜ਼ਿਆਦਾ ਦੂਰੀ ਤੇ ਕੌਣ ਹੈਗਾ ਦੇਖੋ ਬੇਟਾ ਜਿਹੜਾ ਇਹ ਹੈ ਤਾਂ 2 ਕਿਲੋਮੀਟਰ ਲਿਖਿਆ ਹੋਇਆ 2 ਕਿਲੋਮੀਟਰ ਦਾ ਮਤਲਬ ਬੇਟਾ ਕਿਲੋਮੀਟਰ ਕਿੰਨੇ ਮੀਟਰ ਹੁੰਦੇ ਆ 1000 ਮੀਟਰ ਤਾ ਕੀ ਗੁਣਾ ਕਰਕੇ ਆ ਗਿਆ 2000 ਮੀਟਰ ਤਾਂ ਫਿਰ ਸਭ ਤੋਂ ਜ਼ਿਆਦਾ ਤਾਂ ਇਹ ਹੀ ਹੋਇਆ ਇਹ 820 ਮੀਟਰ ਨੇ ਇਹ 1200 ਮੀਟਰ ਨੇ ਤੇ ਇਹਦਾ ਮਤਲਬ ਕੀ ਚੀਜ਼ ਤੁਹਾਡੇ ਘਰ ਤੋਂ ਸਭ ਤੋਂ ਵੱਧ ਦੂਰ ਹੋਈ ਕੌਣ ਹੋਇਆ ਜੀ ਸਕੂਲ ਕੌਣ ਹੋਇਆ ਸਕੂਲ ਨੈਕਸਟ ਦੇਖੋ राजे ਲੁੱਕ ਐਟ ਦਾ ਮੈਪ ਬਿਲੋ ਐਂਡ ਸਟੇਟ ਵਿਚ ਸਿਟੀ ਇਜ਼ ਲੋਕੇਟਿਡ ਇਨ ਦਾ ਸਾਊਥਰਨ ਪਾਰਟ ਆਫ ਇੰਡੀਆ ਤਾਂ ਇੰਡੀਆ ਇਹ ਸਾਰਾ ਇੰਡੀਆ ਦਾ ਨਕਸ਼ਾ ਹੈ ਬੇਟਾ ਠੀਕ ਹੈ ਇਹ ਨਾਰਥ ਹੈ ਆਪਣਾ ਉੱਤਰ ਠੀਕ ਹੈ ਇੱਧਰ ਹੁੰਦਾ ਬੇਟਾ ਦੱਖਣ ਤਾਂ ਉਹਨੇ ਆਪਾਂ ਨੂੰ ਦੱਖਣ ਦੇ ਵਿੱਚ ਵਿਖਾਇਆ ਵੀ ਕਿਹੜਾ ਸ਼ਹਿਰ ਹੁੰਦਾ ਦੱਖਣੀ ਭਾਗ ਚ ਸਭ ਤੋਂ ਥੱਲੇ ਕਿਹੜਾ ਸ਼ਹਿਰ ਦਿਖਾਇਆ ਹੋਇਆ ਚਨਈ ਤਾਂ ਕਿਹੜੀ ਆਪਸ਼ਨ ਆਜੂਗੀ ਸੈਕਿੰਡ ਆਪਸ਼ਨ ਠੀਕ ਹੈ ਜੀ ਇੱਧਰ ਪੂਰਬ ਹੁੰਦਾ ਬੇਟਾ ਇੱਧਰ ਪੱਛਮ ਹੁੰਦਾ ਤਾਂ ਸਾਰੀਆਂ ਦਿਸ਼ਾਵਾਂ ਦਾ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਨੈਕਸਟ ਦੇਖੋ ਬੇਟਾ ਵਿਕਾਸ ਆਪਣੇ ਘਰ ਤੋਂ ਚੰਡੀਗੜ੍ਹ ਜਾਣਾ ਚਾਹੁੰਦਾ ਹੈ ਵਿਕਾਸ ਵਾਂਟਸ ਟੂ ਗੋ ਟੂ ਚੰਡੀਗੜ੍ਹ ਫਰਮ ਹਿਸ ਹੋਮ ਵਿਚ ਇਜ਼ 4 ਕਿਲੋਮੀਟਰ ਅਵੇ ਤਾਂ 400 ਕਿਲੋਮੀਟਰ ਦੀ ਦੂਰੀ ਤੇ ਉਸ ਦੇ ਘਰ ਤੋਂ ਚੰਡੀਗੜ੍ਹ ਠੀਕ ਹੈ ਇਹ ਮੰਨ ਲਓ ਉਹਦਾ ਘਰ ਹੈ ਤੇ ਇਹ ਹੈਗਾ ਚੰਡੀਗੜ੍ਹ ਤੇ ਦੂਰੀ ਇਹਦੇ ਵਿਚਾਲੇ ਕਿੰਨੀ ਹੈ 400 ਕਿਲੋਮੀਟਰ ਉਹ ਘਰ ਤੋਂ ਚੱਲਦਾ ਹੈ ਅਤੇ 222 ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਹੈ ਹੀ 스타ਟਡ ਫਰੋਮ ਹਿਸ ਹੋਮ ਐਂਡ ਕਵਰਸ 222 ਕਿਲੋਮੀਟਰ ਫਾਈਂਡ ਹਾਊ ਮੱਚ ਡਿਸਟੈਂਸ ਹੀ ਹੈਜ਼ ਟੂ ਕਵਰ ਮੋਰ ਟੂ ਰੀਚ ਚੰਡੀਗੜ ਤਾਂ ਚੰਡੀਗੜ ਪਹੁੰਚਣ ਲਈ ਉਸ ਨੂੰ ਹੋਰ ਕਿੰਨੀ ਦੂਰੀ ਤੈਅ ਕਰਨੀ ਪਊਗੀ ਬੇਟਾ ਘਰ ਤੋਂ ਚੱਲ ਪਿਆ ਚੱਲ ਕਿਉਂਨੇ 222 ਕਿਲੋਮੀਟਰ ਤਾਂ ਕਰ ਲੇ ਤਾਂ ਕੁਝ ਦੂਰੀ ਬਚ ਗਈ ਨਾ ਹੁਣ ਉਹ ਬਚ ਗਈ ਦੂਰੀ ਕਿਵੇਂ ਕੱਢੋਗੇ ਮਾਈਨਸ ਕਰਕੇ ਤੁਸੀਂ 400 ਦੇ ਵਿੱਚੋਂ 222 ਨੂੰ ਬੇਟਾ ਘਟਾਓ ਕਰ ਦੋ ਮਾਈਨਸ ਕਰ ਦੋ ਤਾਂ ਹੁਣ ਹਸਲ ਲੈਣਾ ਪਊਗਾ ਹਸਲ ਤਾਂ ਤੁਹਾਨੂੰ 4 ਹੀ ਦੇ ਸਕਦਾ ਹੈ ਪਹਿਲਾਂ ਇਹਨੂੰ ਹਸਲ ਦਊਗਾ 10 ਬਣਾਊਗਾ 10 ਅਗਲੇ ਨੂੰ ਹਸਲ ਦਊਗਾ ਇਹ 9 ਰਹਿ ਜਾਊਗਾ ਠੀਕ ਹੈ ਤਾਂ 10 ਚੋਂ 2 ਹੋ ਗਏ ਬੇਟਾ 8 9 ਚੋਂ 2 ਹੋ ਗਏ 7 3 ਚੋਂ 2 ਹੋ ਗਏ 1 ਤਾਂ ਕਿੰਨੇ ਕਿਲੋਮੀਟਰ ਰਹਿ ਗਿਆ 178 ਕਿਲੋਮੀਟਰ ਠੀਕ ਹੈ ਬੇਟਾ ਕਲੀਅਰ ਹੋ ਗਿਆ ਜੀ ਇਹ ਨੈਕਸਟ ਦੇਖੋ ਹਾਂਜੀ in the diagram below the distance of vijay and raman's house from the school is shown ta beta chittar ch ki dikhaya gaya hai ke school to raman te vijay de ghar de duri kinni kinni hai theek hai look at the diagram carefully and tell who will have to cover more distance to go school from their houses ta kende dasso kinnu apne apne ghar to school jaan layi vadh duri tay karni paugi ਬੇਟਾ ਉਹੀ ਗੱਲ ਆ ਦੇਖੋ ਇੱਥੇ ਤਾਂ 1550 ਮੀਟਰ ਨੇਗੇ ਇਧਰ 1.6 ਕਿਲੋਮੀਟਰ ਨਹੀਂ ਤਾਂ ਜਦ ਤੱਕ ਯੂਨਿਟ ਸੇਮ ਨਹੀਂ ਹੁੰਦੀ ਤੁਸੀਂ ਕੰਪੇਅਰ ਵੀ ਨਹੀਂ ਕਰ ਸਕਦੇ ਹਨਾ ਤਾਂ ਇਹਨੂੰ ਮੀ ਕਿਲੋਮੀਟਰ ਬਣਾ ਲਓ ਕਿਦੇ ਨਾਲ ਭਾਗ ਕਰ ਦਿਓ ਹਜ਼ਾਰ ਨਾਲ ਜ਼ੀਰੋ ਜ਼ੀਰੋ ਕੈਨਸਲ ਹੋ ਗਈ ਦੋ ਜ਼ੀਰੋਆਂ ਨੇ ਬੇਟਾ ਦੋ ਅੱਖਰਾਂ ਤੋਂ ਪਹਿਲਾਂ ਪੁਆਇੰਟ ਲੱਗ ਜਾਊਗਾ ਤਾਂ ਇਹ 1.55 ਕਿਲੋਮੀਟਰ ਹੈ ਇਹ 1.6 ਕਿਲੋਮੀਟਰ ਹੈ ਤਾਂ ਕਿਹੜਾ ਜਿਹੜਾ ਹੈ ਵੱਧ ਹੋਊਗਾ ਕਿਹੜੇ ਦੂਰੀ ਵੱਧ ਹੋਊਗੀ ਵਿਜੇ ਦੀ ਕਿਹੜੀ ਦੂਰੀ ਵੱਧ ਹੋਊਗੀ ਬੇਟਾ ਵਿਜੇ ਦੀ ਸਮਝ ਆ ਗਿਆ ਰਾਜੇ ਨੈਕਸਟ ਦੇਖੋ ਹਾਂਜੀ ਇਹਦੇ ਵਿੱਚ ਇਹਨੇ ਕਿਹਾ ਵਿਨੇ ਇਜ਼ ਸਟੈਂਡਿੰਗ ਆਊਟਸਾਈਡ ਹਿਸ ਹਾਊਸ ਹੀ 스타ਟਡ ਵਾਕਿੰਗ ਟਵਾਰਡਸ ਦਾ ਡਾਇਰੈਕਸ਼ਨ ਆਫ ਨਾਰਥ ਤਾਂ ਉਹ ਘਰ ਦੇ ਬਾਹਰ ਖੜਾ ਹੈ ਤੇ ਉਹਨੇ ਨਾਰਥ ਵੱਲ ਜਾਣਾ ਸ਼ੁਰੂ ਕਰਤਾ ਮਤਲਬ ਉੱਤਰ ਵੱਲ ਨੂੰ ਜਾਣਾ ਸ਼ੁਰੂ ਕਰਤਾ ਉੱਤਰ ਉੱਪਰ ਨੂੰ ਹੈ ਠੀਕ ਹੈ ਤੇ 60 ਕਿਲ 60 ਮੀਟਰ ਉਹ ਚਲਾ ਗਿਆ ਫੇਰ ਉਹ ਪੂਰਬ ਦਿਸ਼ਾ ਵੱਲ ਮੁੜਦਾ ਤੇ 30 ਮੀਟਰ ਚਲਦਾ ਹੁਣ ਬੇਟਾ ਇੱਥੇ ਉਹ ਨਾਰਥ ਵੱਲ ਜਾ ਰਿਹਾ ਸੀ ਤਾਂ ਪੂਰਬ ਦਿਸ਼ਾ ਵੱਲੋਂ ਇਧਰ ਨੂੰ ਮੁੜੂਗਾ ਕਿੰਨਾ ਮੁੜ ਗਿਆ ਉਹ 30 ਮੀਟਰ ਉਥੋਂ ਉਹ ਦੱਖਣ ਦਿਸ਼ਾ ਵੱਲ ਮੁੜਦਾ ਹੁਣ ਇੱਥੋਂ ਬੇਟਾ ਦੱਖਣ ਦਿਸ਼ਾ ਨੀਚੇ ਨੂੰ ਹੋਊਗੀ ਠੀਕ ਹੈ ਕਿੰਨਾ ਮੁੜ ਜਾਂਦਾ ਹੈ 25 ਮੀਟਰ ਅਖੀਰ ਵਿੱਚ ਉਹ ਪੱਛਮ ਦਿਸ਼ਾ ਵੱਲ ਮੁੜਦਾ ਤੇ 30 ਮੀਟਰ ਚਲਦਾ ਇਹੀ ਉੱਪਰ ਚੱਲਿਆ ਸੀ ਤੀ ਹੋਇਆ ਥੱਲੇ ਚੱਲੂਗਾ ਇਹ ਥੋੜਾ ਜਿਹਾ ਪੱਛੀ ਥੋੜਾ ਛੋਟਾ ਦਿਖਾਉਣਾ ਸੀ 1 ਮਿੰਟ ਦੁਬਾਰਾ ਬਣਾਉਣੇ ਆ ਦੇਖੋ ਬੇਟਾ ਇਹਨੂੰ ਥੋੜਾ ਜਿਹਾ ਆਪਾਂ ਐ ਕਰੀਏ ਤੁਹਾਨੂੰ ਪਹਿਲਾਂ ਸਾਈਡਾਂ ਵੀ ਦੱਸ ਦਵਾਂ ਨਾਰਥ ਸਾਊਥ ਈਸਟ ਵੈਸਟ ਮੰਨ ਲਓ ਇਹ ਉਹਦਾ ਘਰ ਹੈ ਠੀਕ ਹੈ ਤਾਂ ਇੱਥੋਂ ਉਹ ਚੱਲਦਾ ਨਾਰਥ ਵੱਲ ਨੂੰ 60 ਫੇਰ ਉਹ ਇਧਰ ਨੂੰ ਚੱਲਦਾ 30 ਫੇਰ ਉਹ ਇਧਰ ਨੂੰ ਆਉਂਦਾ 25 ਫੇਰ ਉਹ ਇੱਥੋਂ ਫੇਰ ਆਂਦਾ ਹੈ ਅ ਇੱਕ ਮਿੰਟ ਇੱਕ ਮਿੰਟ ਉਹ ਇਧਰ ਨੂੰ ਆਉਂਦਾ 30 ਠੀਕ ਹੈ ਫਾਈਂਡ ਹਾਊ ਫਾਰ ਹੀ ਇਜ਼ ਨਾਓ ਫਰੋਮ ਹਿਸ ਸਟਾਰਟਿੰਗ ਪੁਆਇੰਟ ਤਾਂ ਦੱਸਣਾ ਬੇਟਾ ਵੀ ਉਹ ਆਪਣੇ ਸਟਾਰਟਿੰਗ ਪੁਆਇੰਟ ਤੋਂ ਕਿੰਨਾ ਦੂਰ ਹੈ ਹਾਂਜੀ ਦੇਖੋ ਸਟਾਰਟ ਉਹਨੇ ਕੀਤਾ ਸੀ ਇਸ ਪੁਆਇੰਟ ਤੋਂ ਠੀਕ ਹੈ ਤੇ ਉਹ ਇੱਥੇ ਤੱਕ ਤਾਂ ਆ ਹੀ ਗਿਆ ਇਹ ਟੋਟਲ ਡਿਸਟੈਂਸ ਕਿੰਨਾ ਹੈ 60 ਕਿੰਨਾ ਗਿਆ ਸੀ ਉਹ ਉੱਪਰ ਨੂੰ 60 ਤੇ ਇੱਥੋਂ ਥੱਲੇ ਕਿੰਨਾ ਉਤਰਿਆ 25 25 ਤੋਂ ਹੀ ਇਧਰ ਨੂੰ ਮੁੜਿਆ ਨਾ ਉਹ ਤਾਂ ਇਹਦੇ ਚੋਂ 25 ਬੇਟਾ ਘਟਾ दो ਆਹ ਚੀਜ਼ ਦੇਖੋ ਇਹ ਇੰਨੀ ਚੀਜ਼ 25 ਹੋਊਗੀ ਤਾਂ 60 ਚੋਂ ਬੇਟਾ 25 ਤੁਸੀਂ ਘਟਾ ਦਿਓ 10 ਚੋਂ 5 ਗਏ 5 5 ਚੋਂ 2 ਗਏ 3 ਤਾਂ ਆਹ ਉਹ ਆਪਣੇ ਜਿਹੜਾ ਸਟਾਰਟਿੰਗ ਪੁਆਇੰਟ ਹੈ ਉਸ ਤੋਂ ਕਿੰਨਾ ਦੂਰ ਹੋਊਗਾ 35 ਮੀਟਰ ਹਾਂਜੀ ਦੇਖੋ ਜੀ ਨਹੀਂ ਕਲੀਅਰ ਹੋਇਆ ਬੇਟਾ ਤਾਂ ਦੁਬਾਰਾ ਦੇਖੋ ਆਪਾਂ ਸਿਰਫ ਪਹਿਲੀ ਲਾਈਨ ਤੋਂ ਦੇਖਾਂਗੇ ਇੱਥੋਂ ਉਹ 60 ਗਿਆ ਸੀ ਉੱਪਰ ਨੂੰ ਠੀਕ ਹੈ ਤੇ ਮੁੜ ਕੇ ਉਹ ਇੱਥੋਂ 25 ਥੱਲੇ ਉੱਤਰ ਆਇਆ ਸੀ ਠੀਕ ਹੈ 25 ਤੋਂ ਫੇਰ ਉਹ ਇਧਰ ਨੂੰ ਮੁੜਿਆ ਸੀ ਇਹਦਾ ਮਤਲਬ ਇੰਨਾ ਹਿੱਸਾ ਉਹ 25 ਉੱਤਰ ਆਇਆ ਤਾਂ ਸਿਰਫ ਆਪਾਂ ਨੂੰ ਇਹ ਵਾਲਾ ਡਿਸਟੈਂਸ ਹੀ ਚਾਹੀਦਾ ਕਲੀਅਰ ਹੋ ਗਿਆ ਜੀ ਨੈਕਸਟ ਦੇਖੋ ਹਾਂਜੀ ਵਿਚ ਨੰਬਰ ਵਿਲ ਰਿਪਲੇਸ ਦਾ ਕੁਐਸਚਨ ਮਾਰਕ ਇਨ ਦਾ 기ਵਨ ਮੈਜਿਕ ਸਕੁਅਰ ਇਫ ਦਾ ਸਮ ਆਫ ਨੰਬਰ ਇਨ ਐਵਰੀ ਰੋ ਐਂਡ ਐਵਰੀ ਕਾਲਮ ਇਜ਼ ਅ ਸੇਮ ਤੋ ਕਹਿੰਦਾ ਵੀ ਜਿਹੜਾ ਇਹ ਜਾਦੂਈ ਕਾਲ ਬਣਾਇਆ ਹੋਇਆ ਵਰਗ ਹਰੇਕ ਖੜਮੀ ਰੇਖਾਂ ਤੇ ਹਰੇਕ ਲੇਟਮੀ ਰੇਖਾਂ ਸਾਰਿਆਂ ਦਾ ਜੋੜ ਕੀ ਹੈ ਬੇਟਾ ਜੀ ਬਰਾਬਰ ਹੈ ਠੀਕ ਹੈ ਤਾਂ ਜੋੜ ਬਰਾਬਰ ਆਂਦਾ ਤਾਂ ਕਹਿੰਦੇ ਫਿਰ ਕੁਐਸਚਨ ਮਾਰਕ ਦੀ ਥਾਂ ਕੀ ਆਊਗਾ ਤਾਂ ਪਹਿਲੀ ਲਾਈਨ ਨੂੰ ਜੋੜ ਕੇ ਦੇਖੋ ਕਿੰਨਾ ਬਣਦਾ 8 ਚ 3 ਜੋੜੇ 11 11 ਚ 4 ਜੋੜੇ 15 ਤਾਂ ਇਹਦਾ ਮਤਲਬ ਹਰੇਕ ਲਾਈਨ ਦਾ ਜਿਹੜਾ ਜੋੜ ਹੈ ਉਹ 15 ਹੀ ਆਊਗਾ ਇਹਦੇ ਵਿੱਚ ਦੇਖੋ 6 ਤੇ 2 ਲਿਖੇ ਹੋਏ ਨੇ 6 ਤੇ 2 ਕਿੰਨੇ ਹੋਗੇ 8 ਤਾਂ 8 ਵਿੱਚ ਆਪਾਂ ਕੀ ਜੋੜੀਏ ਕਿ ਆਨਸਰ 15 ਬਣ ਜਵੇ ਤਾਂ 8 ਦੇ ਵਿੱਚ ਬੇਟਾ 7 ਜੋੜੋਂਗੇ ਤਾਂ ਤੁਹਾਡਾ ਆਨਸਰ ਬਣ ਜਾਊਗਾ 15 ਤਾਂ ਇਹਦਾ ਆਨਸਰ ਕਿੰਨਾ ਆਊਗਾ 7 ਕਲੀਅਰ ਹੋ ਗਿਆ ਜੀ ਅਗਲਾ ਦੇਖਦੇ ਆਂ ਹਾਂਜੀ ਦੇਖੋ ਇਹਨੇ ਕਿਹਾ ਵੀ ਜੇ ਹਰੇ ਨੂੰ ਚਿੱਟਾ ਕਿਹਾ ਜਾਂਦਾ ਹੈ ਚਿੱਟੇ ਨੂੰ ਪੀਲਾ ਕਿਹਾ ਜਾਂਦਾ ਹੈ ਤੇ ਪੀਲੇ ਨੂੰ ਨੀਲਾ ਕਿਹਾ ਜਾਂਦਾ ਤਾਂ ਦੁੱਧ ਕਿਹੜੇ ਰੰਗ ਦਾ ਹੋਊਗਾ ਇਫ ਗ੍ਰੀਨ ਇਜ਼ ਕਾਲਡ ਵਾਈਟ ਵਾਈਟ ਇਜ਼ ਕਾਲਡ yellow ਐਂਡ yellow ਇਜ਼ ਕਾਲਡ ਬਲੂ ਦੈਨ ਵਾਟ ਇਜ਼ ਦਾ ਕਲਰ ਆਫ ਮਿਲਕ ਤਾਂ ਬੇਟਾ ਜਿਹੜਾ ਮਿਲਕ ਹੁੰਦਾ ਉਹ ਕਿਹੜੇ ਰੰਗ ਦਾ ਹੁੰਦਾ ਵਾਈਟ ਰੰਗ ਦਾ ਚਿੱਟੇ ਰੰਗ ਦਾ ਠੀਕ ਹੈ ਤਾਂ ਚਿੱਟੇ ਰੰਗ ਨੂੰ ਉਹਨੇ ਕੀ ਕਹਤਾ ਪੀਲਾ ਕਹਿੰਦੇ ਚਿੱਟੇ ਨੂੰ ਤਾਂ ਪੀਲਾ ਕਹਿਣਾ ਤਾਂ ਫਿਰ ਜਿਹੜਾ ਦੁੱਧ ਹੋਊਗਾ ਬੇਟਾ ਉਹ ਕਿਹੜੇ ਰੰਗ ਦਾ ਹੋਊਗਾ ਪੀਲੇ ਰੰਗ ਦਾ yellow ਰੰਗ ਦਾ ਠੀਕ ਹੈ ਤਾਂ ਇਹਦਾ ਆਨਸਰ ਕੀ ਆਊਗਾ 4th ਅਗਲਾ ਦੇਖੋ ਅਨੇਕ ਹੈ ਵੀ ਇਹਦੇ ਵਿੱਚ ਕੁਐਸਚਨ ਮਾਰਕ ਦੀ ਜਗ੍ਹਾ ਕੀ ਆਊਗਾ ਤੁਸੀਂ ਪਹਿਲੇ ਦੋ ਨੂੰ ਚੰਗੀ ਤਰ੍ਹਾਂ ਅਰੇਂਜਮੈਂਟ ਨੂੰ ਸਮਝੋ ਫਿਰ ਆਪਾਂ ਡਿਸਾਈਡ ਕਰਾਂਗੇ ਤੀਸਰੇ ਵਾਲੇ 'ਚ ਕੀ ਆਊਗਾ ਸਮਝੋ ਬੇਟਾ ਦੇਖੋ ਪਹਿਲੇ ਤੇ ਤੀਸਰੇ ਨੂੰ ਗੁਣਾ ਕਰਕੇ ਜੋ ਆਨਸਰ ਬਣਿਆ ਉਹ ਸੈਂਟਰ 'ਚ ਲਿਖਿਆ ਹੋਇਆ। ਉੱਪਰਲੇ ਤੇ ਨਿਚਲੇ ਨੂੰ ਗੁਣਾ ਕਰਕੇ ਜੋ ਬਣਿਆ ਉਹ ਸੈਂਟਰ 'ਚ ਲਿਖਿਆ ਹੋਇਆ। ਇਹਦਾ ਮਤਲਬ ਦੋਨਾਂ ਪਾਸਿਓਂ ਜਿਹੜੀ ਗੁਣਾ ਹੈ ਉਹ ਬਰਾਬਰ ਹੈ। ਠੀਕ ਹੈ? ਹਾਂਜੀ ਤਾਂ ਦੇਖੋ ਅਗਲੇ 'ਚ 8 3 24, 6 4 24। ਤਾਂ 12 3 36 ਤਾਂ 6 ਨੂੰ ਕਿਹਦੇ ਨਾਲ ਗੁਣਾ ਕਰੀਏ 36 ਬਣ ਜਾਵੇ? 6 6 36। ਤਾਂ ਇਹਦਾ ਆਨਸਰ ਕਿੰਨਾ ਆਊਗਾ? 6। ਅਗਲਾ ਵੀ ਦੇਖੋ ਬਹੁਤ ਸੌਖਾ ਹੈ ਵਿਚ ਆਪਸ਼ਨ ਵਿਲ ਰਿਪਲੇਸ ਦਾ ਕੁਐਸਚਨ ਮਾਰਕ ਇੰਦਾ ギਵਨ ਪਿਕਚਰ ਤਾਂ ਕਹਿੰਦੇ ਕਿਹੜੀ ਇਹਨਾਂ ਦੇ ਵਿੱਚੋਂ ਕਿਹੜਾ ਜਿਹੜਾ ਹੈ ਇੱਥੇ ਭਰਿਆ ਜਾਊਗਾ ਤਾਂ ਕਿ ਇਹ ਪੈਟਰਨ ਜਿਹੜਾ ਹੈ ਅਰੇਂਜਮੈਂਟ ਜਿਹੜੀ ਹੈ ਪੂਰੀ ਹੋ ਜਾਵੇ ਤਾਂ ਬੇਟਾ ਦੇਖੋ ਇਹ ਨਹੀਂ ਆ ਸਕਦਾ ਇਹ ਡਿਜ਼ਾਈਨ ਨਹੀਂ ਮਿਲਦਾ ਇਹ ਵੀ ਨਹੀਂ ਮਿਲਦਾ ਇਹ ਵੀ ਨਹੀਂ ਮਿਲਦਾ ਤਾਂ ਹਰੇਕ ਖਾਨੇ ਦੇ ਨਾਲ ਕਿਹੜਾ ਡਿਜ਼ਾਈਨ ਮਿਲ ਰਿਹਾ ਹੈ ਥਰਡ ਤਾਂ ਇੱਥੇ ਕਿਹੜਾ ਫਿੱਟ ਹੋਊਗਾ ਇਹ ਥਰਡ ਵਾਲਾ ਅਗਲਾ ਦੇਖੋ 13ਵਾਂ ਕੁਐਸਚਨ ਉਨੇ ਕਿ ਹੈ ਹਾਊ many 3 ਡਿਜੀਟ ਨੰਬਰਸ ਕੈਨ ਬੀ ਮੇਡ ਯੂজিং ਦਾ ਡਿਜੀਟਸ 2 7 9 ਹੇਅਰ ਰੈਪੀਟੀਸ਼ਨ ਆਫ ਡਿਜੀਟਸ ਇਜ਼ ਨਾਟ ਅਲਾਉਡ ਕਹਿੰਦੇ ਤੁਹਾਡੇ ਕੋਲ ਤਿੰਨ ਡਿਜੀਟ ਹੀ ਨੇ 2 7 ਤੇ 9 ਇਹਦੇ ਵਿੱਚ ਅੰਕਾਂ ਨੂੰ ਤੁਸੀਂ ਦੁਹਰਾਉਣਾ ਨਹੀਂ ਹੈਗਾ ਮਤਲਬ ਜੇ 2 ਹੈ ਤਾਂ ਉਹ ਇੱਕੋ ਵਾਰ ਹੀ ਵਰਤਿਆ ਜਾਊਗਾ 7 ਤਾਂ ਇੱਕੋ ਵਾਰ ਹੀ ਵਰਤਣਾ ਤੇ ਬਣਾਉਣੀਆਂ ਤੁਸੀਂ ਤਿੰਨ ਅੰਕਾਂ ਦੀਆਂ ਸੰਖਿਆਵਾਂ ਨੇ ਕਹਿੰਦੇ ਕਿੰਨੀਆਂ ਬਣਾ ਸਕਦੇ ਹੋ ਬਣਾਵਣਾ ਕੇ ਦੇਖ ਲੈਣੇ ਆ ਜੀ ਦੇਖੋ ਪਹਿਲੀ ਤਾਂ ਜਿਵੇਂ ਆਪਾਂ 279 ਜਿਵੇਂ ਆਪਾਂ ਨੂੰ ਅੰਕ ਦਿੱਤੇ ਹੋਏ ਸੀ ਉਹ ਮੇਂ ਲਿਖ ਲਈ ਹੁਣ ਉਹਨੇ ਕਿਹਾ ਅੱਖਰਾਂ ਨੂੰ ਦੁਹਰਾਉਣਾ ਨਹੀਂ ਤੇ ਸੰਖਿਆ ਵੀ ਬਣਾਉਣੀ ਹੈ ਤਾਂ ਤੁਸੀਂ ਪਹਿਲਾਂ ਦੋ ਨੂੰ ਫਿਕਸ ਕਰ ਲਓ ਪਿਛਲੇ ਦੋ ਨੂੰ ਉਲਟਾ ਲਓ ਤੇ ਦੋ ਸੰਖਿਆਵਾਂ ਬਣ ਗਈਆਂ ਹੁਣ ਅਸੀਂ ਮੂਰੇ ਕੀ ਰੱਖਿਆ ਸੀਗਾ ਦੋ ਹੁਣ ਅਗਲੀ ਵਾਰੀ ਤੁਸੀਂ ਸੱਤਾਂ ਮੂਰੇ ਰੱਖ ਲਓ ਤੁਹਾਡੇ ਕੋਲ ਹੋਰ ਦੋ ਅੱਖਰ ਕਿਹੜੇ ਬਚੇ ਸੱਤ ਨੂੰ ਮੂਰੇ ਰੱਖ ਕੇ ਦੋ ਤੇ ਨੌ ਇੱਕ ਵਾਰੀ ਦੋ ਤੇ ਨੌ ਲਿਖ ਲਓ ਇੱਕ ਵਾਰੀ ਨੌ ਤੇ ਦੋ ਲਿਖ ਲਓ ਇਹ ਵਿਆ ਲੱਗ ਬਣੀਆਂ ਨੇ ਠੀਕ ਹੈ ਤੁਸੀਂ ਦੋ ਵੀ ਰੱਖ ਚੁੱਕੇ ਮੂਰੇ ਸੱਤ ਵੀ ਰੱਖ ਚੁੱਕੇ ਹੁਣ ਬੇਟਾ ਨੌ ਰੱਖ ਲਓ ਨੌ ਮੂਰੇ ਰੱਖੋਗੇ ਤਾਂ ਆਖਰ ਕਿਹੜੇ-ਕਿਹੜੇ ਬਚੇ 2 ਤੇ 7 ਤੁਸੀਂ 2 7 ਤੇ 7 2 ਲਿਖ ਦੋ ਇਦੋਂ ਇਲਾਵਾ ਹੋਰ ਕੋਈ ਨੰਬਰ ਨਹੀਂ ਬਣਨਗੇ ਤਾਂ ਕਿੰਨੇ ਬਣੇ ਨੇ ਬੇਟਾ 1 2 3 4 5 6 ਤਾਂ ਕਿੰਨੇ ਬਣ ਗਏ 6 ਅਗਲਾ ਦੇਖੋ ਅਵਨੀਤ ਰਹਿਮਤ ਅਤੇ ਬਾਣੀ ਵਿੱਚੋਂ ਸਕੂਲ ਦੇ ਕੋਈ ਦੋ ਵਿਦਿਆਰਥੀ ਚੁਣ ਕੇ ਬੈਡਮਿੰਟਨ ਟੀਮ ਬਣਾਉਣੀ ਹੈ ਤਾਂ ਸਕੂਲ ਇਹਨਾਂ ਵਿਦਿਆਰਥੀਆਂ ਵਿੱਚੋਂ ਕੋਈ ਦੋ ਚੁਣ ਕੇ ਕਿੰਨੇ ਤਰੀਕਿਆਂ ਨਾਲ ਟੀਮ ਬਣਾ ਸਕਦਾ ਦਾ ਸਕੂਲ ਹੈਜ਼ ਟੂ ਸਿਲੈਕਟ ਐਨੀ ਟੂ ਸਟੂਡੈਂਟਸ ਬੇਟੇ ਇਹਨਾਂ ਤਿੰਨਾਂ ਦੇ ਵਿੱਚੋਂ ਕੋਈ ਦੋ ਹੀ ਚੁਣਨੇ ਨੇ ਆਪਾਂ ਐਟ ਅ ਟਾਈਮ ਬੈਡਮਿੰਟਨ ਟੀਮ ਬਣਾਉਣ ਵਾਸਤੇ ਇਨ ਹਾਊ many ways can the school form a team by selecting any two of these students ਤਾਂ ਬੇਟਾ ਕਿਵੇਂ ਕਰਾਂਗੇ ਇਹਨੂੰ ਦੇਖੋ ਹੁਣ ਜੇ ਆਪਾਂ ਅਬਨੀਤ ਆਪਾਂ ਪਹਿਲੇ ਪਹਿਲੇ ਨਾਮ ਲੈ ਲੈਨੇ ਆਂ ਬਸ ਏ ਆਰ ਤੇ ਵੀ ਕਹਿ ਲੈਨੇ ਆਂ ਜੇ ਆਪਾਂ ਅਵਨੀਤ ਤੇ ਰਹਿਮਤ ਨੂੰ ਮਿਲਾ ਕੇ ਇੱਕ ਟੀਮ ਬਣਾ ਲੈਨੇ ਆਂ ਠੀਕ ਹੈ ਤਾਂ ਦੋ ਬੱਚਿਆਂ ਦੀ ਟੀਮ ਹੋ ਗਈ ਤੇ ਅਵਨੀਤ ਨਾਲ ਬੇਟਾ ਵਾਨੀ ਵੀ ਜਾ ਸਕਦੀ ਹੈ ਇਹ ਦੂਜੀ ਟੀਮ ਹੋ ਗਈ ਜੇ ਆਪਾਂ ਅਵਨੀਤ ਨੂੰ ਨਹੀਂ ਲੈ ਕੇ ਜਾਂਦੇ ਤਾਂ ਰਹਿਮਤ ਤੇ ਵਾਨੀ ਵੀ ਜਾ ਸਕਦੇ ਨੇ ਠੀਕ ਹੈ ਜੀ ਤਾਂ ਇਹ ਬੇਟਾ ਤਿੰਨ ਹੀ ਆਪਸ਼ਨਾਂ ਬਣਨਗੀਆਂ ਇਸ ਤੋਂ ਇਲਾਵਾ ਹੋਰ ਕੋਈ ਨਹੀਂ ਬਣेंगी ਜਾਂ ਤਾਂ ਇਹ ਦੋਨੋਂ ਜਾਣਗੇ ਜਾਂ ਇਹ ਦੋਨੋਂ ਜਾਣਗੇ ਜਾਂ ਇਹ ਦੋਨੋਂ ਜਾਣਗੇ ਠੀਕ ਹੈ ਤਾਂ ਕਿੰਨੀਆਂ ਆਪਸ਼ਨਾਂ ਬਣਦੀਆਂ ਨੇ ਤਿੰਨ ਆਪਸ਼ਨਾਂ ਅਗਲਾ ਦੇਖੋ ਆਪਣੇ ਕੋਲੇ ਚਾਰ ਇੰਗਲਿਸ਼ ਦੇ ਅੱਖਰ ਨੇ ए ਬੀ ਡੀ ਐਨ ਇਹਦੇ ਚ ਆਪਾਂ ਨੇ ਸ਼ੁਰੂ ਬੀ ਤੋਂ ਹੀ ਕਰਨਾ ਹੈ ਮਤਲਬ ਹਰੇਕ ਅੱਖਰ ਬੀ ਤੋਂ ਹੀ ਸ਼ੁਰੂ ਹੋਊਗਾ ਯੂジング ए ਬੀ ਡੀ ਐਨ ਹਾਊ ਮਨੀ 3 ਲੈਟਰ ਵਰਡਸ ਤੇ ਆਪਾਂ ਤਿੰਨ ਅੱਖਰਾਂ ਦਾ ਸ਼ਬਦ ਬਣਾਉਣਾ ਚਾਹੇ ਉਹਨਾਂ ਦਾ ਅਰਥ ਬਣੇ ਚਾਹੇ ਉਹਨਾਂ ਦਾ ਅਰਥ ਨਾ ਬਣੇ ਮਤਲਬ ਜਿਵੇਂ ਬੈਟ ਹੈ ਇਹਦਾ ਅਰਥ ਬਣਦਾ ਜੇ ਬੀਟੀਏ ਕੁਛ ਐਦਾਂ ਲਿਖ ਦਾਂਗੇ ਮਤਲਬ ਕਿਸੇ ਦਾ ਅਰਥ ਬਣਦਾ ਹੁੰਦਾ ਬੇਟਾ ਸ਼ਬਦ ਦਾ ਕਿਸੇ ਦਾ ਨਹੀਂ ਬਣਦਾ ਹੁੰਦਾ ਤੇ ਕਹਿੰਦੇ ਇਹ ਨਹੀਂ ਦੇਖਣਾ ਸ਼ਬਦ ਬਣਾਓ ਬਸ ਥੇਅਰ ਰੈਪੀਟੀਸ਼ਨ ਆਫ ਲੈਟਰਸ ਇਜ਼ ਨਾਟ ਅ ਅਲਾਉਡ ਤੇ ਇੱਥੇ ਕਿਸੇ ਵੀ ਅੱਖਰ ਨੂੰ ਦੁਹਰਾਉਣਾ ਨਹੀਂ ਹੈਗਾ ਤੇ ਬੇਟਾ ਸਭ ਤੋਂ ਪਹਿਲੀ ਗੱਲ ਬਣਾਉਣਾ ਤੁਸੀਂ ਤਿੰਨ ਅੱਖਰਾਂ ਦਾ ਹੀ ਆ ਤੇ ਸ਼ੁਰੂ ਤੁਸੀਂ ਬੀ ਤੋਂ ਹੀ ਕਰਨਾ ਹੈ ਠੀਕ ਹੈ ਇਹ ਤੋਂ ਇਲਾਵਾ ਸਟਾਰਟਿੰਗ ਨਹੀਂ ਹੋ ਸਕਦੀ ਚਲੋ ਬੀ ਤੋਂ ਸ਼ੁਰੂ ਕਰ ਲਿਆ ਬੀ ਦੇ ਤਾਂ ਕ੍ਰੋਸ ਹੀ ਕਰ ਦੇਵਾਂ ਕਿ ਸਾਰੇ ਬੀ ਤੋਂ ਸ਼ੁਰੂ ਹੋਣੇ ਨੇ ਰਿਪੀਟ ਆਪਾਂ ਇਹਨੂੰ ਕਰਨਾ ਕੋਈ ਨਹੀਂ ਤੇ ਬੀ ਨੇ ਅੱਗੇ ਆਉਣਾ ਕੋਈ ਨਹੀਂ ਤੁਸੀਂ A ਤੇ D ਲੈ ਲਓ A D ਬਣ ਜੂਗਾ D A ਬਣ ਜੂਗਾ ਠੀਕ ਹੈ ਹੁਣ ਸ਼ੁਰੂ ਤਾਂ ਦੇਖੋ 20 ਤੋਂ ਹੀ ਕਰਨਾ ਹੈ ਸ਼ੁਰੂ ਤਾਂ 20 ਤੋਂ ਹੀ ਕਰਨਾ ਇਹਦੀ ਕੋਈ ਹੋਰ ਆਪਸ਼ਨ ਹੈ ਨਹੀਂ ਤੁਹਾਡੇ ਕੋਲੇ ਤੁਸੀਂ A ਤੇ D ਲਿੱਤੇ ਸੀ ਹੁਣ ਤੁਸੀਂ D ਤੇ N ਲੈ ਲਓ D N N D ਠੀਕ ਹੈ ਹੁਣ ਤੁਸੀਂ ਫੇਰ ਸ਼ੁਰੂ ਤਾਂ 20 ਤੋਂ ਹੀ ਕਰਨਾ ਤੁਸੀਂ A ਤੇ D ਵੀ ਲੈ ਚੁੱਕੇ d ਤੇ n ਵੀ ਲੈ ਚੁੱਕੇ ਤਾਂ ਇਹਦਾ ਮਤਲਬ a ਤੇ n ਰਹਿ ਗਏ ਹਲੇ ਇਹ ਵੀ ਰੱਖ ਲਓ ਹੁਣ an ਕਹਾਂਗੇ ਫਿਰ na ਕਹਾਂਗੇ ਠੀਕ ਹੈ ਹੁਣ ਹੋਰ ਕੋਈ ਆਪਸ਼ਨ ਨਹੀਂ ਹੈਗੀ ਦੇਖੋ a ਸੀ ਤੁਹਾਡੇ ਕੋਲ d ਸੀ n ਸੀ ਤੁਸੀਂ ਇਹ ਦੋਨੋਂ ਵੀ ਵਰਤ ਲੇ ਇਹ ਦੋਨੋਂ ਵੀ ਵਰਤ ਲੇ ਇਹ ਦੋਨੋਂ ਵੀ ਵਰਤ ਲੇ ਹੋਰ ਕੋਈ ਆਪਸ਼ਨ ਨਹੀਂ ਹੈਗੀ ਤਾਂ ਤੁਸੀਂ ਕਿੰਨੇ ਸ਼ਬਦ ਬਣਾ ਲਏ 1 2 3 4 5 6 ਤਾਂ ਕਿੰਨੇ ਬਣਾ ਲਏ ਬੇਟਾ 6 ਤਾਂ ਹਾਂਜੀ ਪਿਆਰੇ ਬੱਚਿਓ ਜੇ ਤੁਹਾਨੂੰ ਸਾਰੀ ਵੀਡੀਓ ਸਮਝ ਆਈ ਹੈ ਕੁਐਸ਼ਨ ਸਵਾਲਾਂ ਦਾ ਸਾਰਾ ਪਤਾ ਲੱਗਿਆ ਹੈ ਤੋ ਫਿਰ ਤੁਸੀਂ ਲਾਈਕ ਤਾਂ ਕਰ ਹੀ ਦਿਆ ਕਰੋ ਨਾ ਲਾਈਕ ਕਰਨ ਨਾਲ ਕੀ ਫਰਕ ਪੈਂਦਾ ਹੈ ਹਨਾ ਮੇਰਾ ਹੌਸਲਾ ਵੱਧ ਜਾਂਦਾ ਹੈ ਵੀ ਹਾਂ ਬੱਚਿਆਂ ਨੂੰ ਸਮਝ ਆ ਰਿਹਾ ਹੈ ਕਮੈਂਟ ਵੀ ਕਰਿਆ ਕਰੋ ਠੀਕ ਹੈ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕੈਸੀ ਲੱਗੀ ਹੈ ਸਮਝ ਆਇਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਠੀਕ ਹੈ ਤਾਂ ਕਿ ਜਿਹੜੀਆਂ ਹੋਰ ਵੀਡੀਓਜ਼ ਆਉਣ ਤੁਹਾਨੂੰ ਪਹਿਲਾਂ ਪਤਾ ਲੱਗ ਜਵੇ ਠੀਕ ਹੈ ਜੀ ਬਾਏ ਬੇਟਾ ਟੇਕ ਕੇਅਰ